ਸਤਿ ਸ਼੍ਰੀ ਅਕਾਲ ਮੈਂ ਪੰਜਾਬੀ ਟੀ ਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਅਤੇ ਮੈਂ ਤੁਹਾਡੇ ਨਾਲ ਮਨਪ੍ਰੀਤ ਕੌਰ ਸਭ ਤੋਂ ਪਹਿਲਾਂ ਇੱਕ ਖਾਸ ਖਬਰ ਤੁਹਾਡੇ ਨਾਲ ਸਾਂਝੀ ਕਰ ਦਿੰਦੀ ਹਾਂ ਕਿ ਪੰਜਾਬ ਪੁਲਿਸ ਦੇ ਵੱਲੋਂ ਇੱਕ ਸਖ਼ਤ ਆਦੇਸ਼ ਜਿਹੜੇ ਨੇ ਉਹ ਦੇ ਦਿੱਤੇ ਗਏ ਨੇ ਕਿ ਜਿਹੜਾ ਵੀ ਵਿਅਕਤੀ ਜਿਹੜਾ ਕਾਰ ਦੀ ਸਨਰੂਫ 'ਚੋਂ ਬਾਹਰ ਨਿਕਲਦਾ ਹੈ ਅਤੇ ਉਸਦੇ ਉੱਪਰ ਕਾਰਵਾਈ ਜਿਹੜੀ ਉਹ ਕੀਤੀ ਜਾਵੇਗੀ। ਇਹ ਹੁਣ ਪੰਜਾਬ ਪੁਲਿਸ ਦੇ ਵੱਲੋਂ ਜਿਹੜੇ ਸਖ਼ਤ ਆਰਡਰ ਦੇ ਦਿੱਤੇ ਗਏ ਨੇ ਸਾਰੇ ਸਿਟੀਜ਼ ਦੇ ਵਿੱਚ। ਇਸ ਤੋਂ ਇਲਾਵਾ ਦੱਸ ਦਿੰਦੇ ਹਾਂ ਕਿ DSP ਮੋਹਾਲੀ ਦੇ DSP ਨੇ ਸਾਰੇ ਮੁਲਾਜ਼ਮਾਂ ਨੂੰ ਜਿਹੜੇ ਨੇ ਉਹ ਸਖ਼ਤ ਹਦਾਇਤਾਂ ਦੇ ਦਿੱਤੀਆਂ ਨੇ ਇਸ ਨੂੰ ਲੈ ਕੇ, ਕਿਉਂਕਿ ਕਿਹਾ ਜਾ ਰਿਹਾ ਕਿ ਲਗਾਤਾਰ ਹੁੱਲੜਬਾਜ਼ੀ ਕਰਦੇ ਲੋਕ ਵੀ ਨਜ਼ਰ ਆਉਂਦੇ ਨੇ ਆ ਕਾਰ ਦੀ ਸਨਰੂਫ ਦੇ ਉੱਤੋਂ, ਜਿਸ ਨੂੰ ਵੇਖਦੇ ਹੋਏ ਆਸ ਪਾਸ ਦੇ ਲੋਕ ਵੀ ਜਦੋਂ ਜਾ ਰਹੇ ਹੁੰਦੇ ਨੇ ਆਪਣੇ ਆਪਣੇ ਵਾਹੀਕਲ ਦੇ ਉੱਤੇ ਤਾਂ ਉਹਨਾਂ ਦਾ ਧਿਆਨ ਭਟਕਦਾ ਹੈ ਅਤੇ ਜਿਸ ਕਾਰਨ ਹਾਦਸਾ ਵੀ ਜਿਹੜਾ ਹੈ ਹੋ ਜਾਂਦਾ ਹੈ। ਇਸ ਤੋਂ ਇਲਾਵਾ ਬੱਚਿਆਂ ਦੀ ਗੱਲ ਕੀਤੀ ਜਾਵੇ ਤਾਂ ਮਾਂ ਬਾਪ ਆਪਣੇ ਬੱਚਿਆਂ ਨੂੰ ਵੀ ਕਾਰ ਦੀ ਸਨਰੂਫ ਦੇ ਉੱਪਰ ਜਿਹੜਾ ਉਹ ਖੜ੍ਹੇ ਕਰ ਦਿੰਦੇ ਨੇ, ਪਰ ਕੋਈ ਨਾ ਕੋਈ ਚੀਜ਼ ਆ ਕੇ ਵੀ ਵੱਜ ਸਕਦੀ ਹੈ, ਉਸਦਾ ਹਾਦਸੇ ਦਾ ਸ਼ਿਕਾਰ ਵੀ ਜਿਹੜੇ ਹੋ ਜਾਂਦੇ ਨੇ, ਕਿਉਂਕਿ ਮਾਂ ਬਾਪ ਕਈ ਵਾਰ ਭੁੱਲ ਜਾਂਦੇ ਨੇ ਕਿ ਬੱਚਿਆਂ ਨੂੰ ਉਹ ਸਨਰੂਫ ਦੇ ਉੱਪਰ ਉਹਨਾਂ ਨੇ ਖੜ੍ਹੇ ਕੀਤਾ ਹੋਇਆ ਹੈ। ਅਤੇ ਇਸ ਤੋਂ ਇਲਾਵਾ ਬੱਚੇ ਇੱਧਰ ਉੱਧਰ ਸ਼ੋਰ ਕਰਦੇ ਹੋਏ ਨਜ਼ਰ ਆਉਂਦੇ ਨੇ ਅਤੇ ਡਰਾਈਵਰ ਦਾ ਜਿਹੜਾ ਧਿਆਨ ਵੀ ਉਹ ਵੀ ਭਟਕਦਾ ਹੈ, ਜਿਸ ਨੂੰ ਵੇਖਦੇ ਹੋਏ ਹਾਦਸਾ ਵੀ ਹੋ ਸਕਦਾ ਹੈ। ਜਿਸ ਨੂੰ ਵੇਖਦੇ ਹੋਏ ਹੁਣ ਪੰਜਾਬ ਪੁਲਿਸ ਨੇ ਸਖ਼ਤ ਆਰਡਰ ਜਿਹੜੇ ਉਹ ਜਾਰੀ ਕਰ ਦਿੱਤੇ ਨੇ, ਜੇਕਰ ਤੁਸੀਂ ਹੁਣ ਕਾਰ ਦੀ ਸਨਰੂਫ ਦੇ ਉੱਪਰ ਖੜ੍ਹੇ ਹੋ ਕੇ ਹੁੱਲੜਬਾਜ਼ੀ ਕਰੋਗੇ ਤਾਂ ਤੁਹਾਡੇ ਖਿਲਾਫ਼ ਸਖ਼ਤ ਕਾਰਵਾਈ ਜਿਹੜੀ ਹੁਣ ਉਹ ਕੀਤੀ ਜਾਵੇਗੀ। ਇਹ ਜਿਹੜੇ ਆਰਡਰ ਨੇ ਹੁਣ ਪੰਜਾਬ ਪੁਲਿਸ ਨੇ ਜਾਰੀ ਕਰ ਦਿੱਤੇ ਨੇ, ਜਿਸ ਨੂੰ ਵੇਖਦੇ ਹੋਏ ਹੁਣ ਕਿਹਾ ਜਾ ਰਿਹਾ ਹੈ ਕਿ ਕਾਫੀ ਜਿਹੜੇ ਰੋਡ ਐਕਸੀਡੈਂਟ ਹੁੰਦੇ ਨੇ ਉਸ ਦੇ ਉੱਪਰ ਵੀ ਹੁਣ ਥੋੜ੍ਹਾ ਧਿਆਨ ਦੇ ਰਹੀ ਹੈ ਪੰਜਾਬ ਸਰਕਾਰ। ਜਗ੍ਹਾ ਜਗ੍ਹਾ 'ਤੇ CCTV ਕੈਮਰੇ ਵੀ ਹੁਣ ਜਿਹੜੇ ਲਗਾਏ ਜਾ ਰਹੇ ਨੇ ਤਾਂ ਕਿ ਹਾਦਸੇ ਜਿਹੜੇ ਉਹ ਘੱਟ ਹੋ ਸਕਣ ਅਤੇ ਲੋਕ ਇਸ ਹਾਦਸੇ ਦਾ ਸ਼ਿਕਾਰ ਨਾ ਬਣ ਸਕਣ। ਜਿਸ ਨੂੰ ਵੇਖਦੇ ਹੋਏ ਹੁਣ ਇੱਕ ਪੰਜਾਬ ਪੁਲਿਸ ਵੱਲੋਂ ਹੁਣ ਜਾਰੀ ਕੀਤਾ ਗਿਆ ਹੈ ਕਿ ਕੋਈ ਵੀ ਸਨਰੂਫ ਦੀ ਗੱਡੀ ਆਪਣੀ ਸਨਰੂਫ ਦੀ ਗੱਡੀ ਦੇ ਉੱਪਰ ਖੜ੍ਹਾ ਨਹੀਂ ਹੋ ਸਕਦਾ ਹੈ। ਜਿਸ ਨੂੰ ਵੇਖਦੇ ਹੋਏ ਹੁਣ ਜਿਹੜਾ ਕੋਈ ਵੀ ਇਸ ਦਾ ਦੁਰਉਪਯੋਗ ਕਰੇਗਾ ਜਾਂ ਫਿਰ ਇਸ ਦੇ ਖਿਲਾਫ਼ ਕੁਝ ਵੀ ਕਰੇਗਾ ਤਾਂ ਉਸਦੇ ਉੱਪਰ ਸਖ਼ਤ ਤੋਂ ਸਖ਼ਤ ਕਾਰਵਾਈ ਜਿਹੜੀ ਹੁਣ ਉਹ ਪੰਜਾਬ ਪੁਲਿਸ ਦੇ ਵੱਲੋਂ ਕੀਤੀ ਜਾਵੇਗੀ। ਸਤਿ ਸ਼੍ਰੀ ਅਕਾਲ ਮੈਂ ਪੰਜਾਬੀ TV ਦੇਖ ਰਹੇ ਸਾਰੇ ਦਰਸ਼ਕਾਂ ਦਾ ਬਹੁਤ ਬਹੁਤ ਸਵਾਗਤ ਹੈ ਅਤੇ ਮੈਂ ਤੁਹਾਡੇ ਨਾਲ ਮਨਪ੍ਰੀਤ ਕੌਰ ਸਭ ਤੋਂ ਪਹਿਲਾਂ ਇੱਕ ਖਾਸ ਖਬਰ ਤੁਹਾਡੇ ਨਾਲ ਸਾਂਝੀ ਕਰ ਦਿੰਦੀ ਹਾਂ ਕਿ ਪੰਜਾਬ ਪੁਲਿਸ ਦੇ ਵੱਲੋਂ ਇੱਕ ਸਖ਼ਤ ਆਦੇਸ਼ ਜਿਹੜੇ ਨੇ ਉਹ ਦੇ ਦਿੱਤੇ ਗਏ ਨੇ ਕਿ ਜਿਹੜਾ ਵੀ ਵਿਅਕਤੀ ਜਿਹੜਾ ਕਾਰ ਦੀ ਸਨਰੂਫ 'ਚੋਂ ਬਾਹਰ ਨਿਕਲਦਾ ਹੈ ਅਤੇ ਉਸਦੇ ਉੱਪਰ ਕਾਰਵਾਈ ਜਿਹੜੀ ਉਹ ਕੀਤੀ ਜਾਵੇਗੀ। ਇਹ ਹੁਣ ਪੰਜਾਬ ਪੁਲਿਸ ਦੇ ਵੱਲੋਂ ਜਿਹੜੇ ਸਖ਼ਤ ਆਰਡਰ ਦੇ ਦਿੱਤੇ ਗਏ ਨੇ ਸਾਰੇ ਸਿਟੀਜ਼ ਦੇ ਵਿੱਚ। ਇਸ ਤੋਂ ਇਲਾਵਾ ਦੱਸ ਦਿੰਦੇ ਹਾਂ ਕਿ DSP ਮੋਹਾਲੀ ਦੇ DSP ਨੇ ਸਾਰੇ ਮੁਲਾਜ਼ਮਾਂ ਨੂੰ ਜਿਹੜੇ ਨੇ ਉਹ ਸਖ਼ਤ ਹਦਾਇਤਾਂ ਦੇ ਦਿੱਤੀਆਂ ਨੇ ਇਸ ਨੂੰ ਲੈ ਕੇ, ਕਿਉਂਕਿ ਕਿਹਾ ਜਾ ਰਿਹਾ ਕਿ ਲਗਾਤਾਰ ਹੁੱਲੜਬਾਜ਼ੀ ਕਰਦੇ ਲੋਕ ਵੀ ਨਜ਼ਰ ਆਉਂਦੇ ਨੇ ਆ ਕਾਰ ਦੀ ਸਨਰੂਫ ਦੇ ਉੱਤੋਂ, ਜਿਸ ਨੂੰ ਵੇਖਦੇ ਹੋਏ ਆਸ ਪਾਸ ਦੇ ਲੋਕ ਵੀ ਜਦੋਂ ਜਾ ਰਹੇ ਹੁੰਦੇ ਨੇ ਆਪਣੇ ਆਪਣੇ ਵਾਹੀਕਲ ਦੇ ਉੱਤੇ ਤਾਂ ਉਹਨਾਂ ਦਾ ਧਿਆਨ ਭਟਕਦਾ ਹੈ ਅਤੇ ਜਿਸ ਕਾਰਨ ਹਾਦਸਾ ਵੀ ਜਿਹੜਾ ਹੈ ਹੋ ਜਾਂਦਾ ਹੈ। ਇਸ ਤੋਂ ਇਲਾਵਾ ਬੱਚਿਆਂ ਦੀ ਗੱਲ ਕੀਤੀ ਜਾਵੇ ਤਾਂ ਮਾਂ ਬਾਪ ਆਪਣੇ ਬੱਚਿਆਂ ਨੂੰ ਵੀ ਕਾਰ ਦੀ ਸਨਰੂਫ ਦੇ ਉੱਪਰ ਜਿਹੜਾ ਉਹ ਖੜ੍ਹੇ ਕਰ ਦਿੰਦੇ ਨੇ, ਪਰ ਕੋਈ ਨਾ ਕੋਈ ਚੀਜ਼ ਆ ਕੇ ਵੀ ਵੱਜ ਸਕਦੀ ਹੈ, ਉਸਦਾ ਹਾਦਸੇ ਦਾ ਸ਼ਿਕਾਰ ਵੀ ਜਿਹੜੇ ਹੋ ਜਾਂਦੇ ਨੇ, ਕਿਉਂਕਿ ਮਾਂ ਬਾਪ ਕਈ ਵਾਰ ਭੁੱਲ ਜਾਂਦੇ ਨੇ ਕਿ ਬੱਚਿਆਂ ਨੂੰ ਉਹ ਸਨਰੂਫ ਦੇ ਉੱਪਰ ਉਹਨਾਂ ਨੇ ਖੜ੍ਹੇ ਕੀਤਾ ਹੋਇਆ ਹੈ। ਅਤੇ ਇਸ ਤੋਂ ਇਲਾਵਾ ਬੱਚੇ ਇੱਧਰ ਉੱਧਰ ਸ਼ੋਰ ਕਰਦੇ ਹੋਏ ਨਜ਼ਰ ਆਉਂਦੇ ਨੇ ਅਤੇ ਡਰਾਈਵਰ ਦਾ ਜਿਹੜਾ ਧਿਆਨ ਵੀ ਉਹ ਵੀ ਭਟਕਦਾ ਹੈ, ਜਿਸ ਨੂੰ ਵੇਖਦੇ ਹੋਏ ਹਾਦਸਾ ਵੀ ਹੋ ਸਕਦਾ ਹੈ। ਜਿਸ ਨੂੰ ਵੇਖਦੇ ਹੋਏ ਹੁਣ ਪੰਜਾਬ ਪੁਲਿਸ ਨੇ ਸਖ਼ਤ ਆਰਡਰ ਜਿਹੜੇ ਉਹ ਜਾਰੀ ਕਰ ਦਿੱਤੇ ਨੇ, ਜੇਕਰ ਤੁਸੀਂ ਹੁਣ ਕਾਰ ਦੀ ਸਨਰੂਫ ਦੇ ਉੱਪਰ ਖੜ੍ਹੇ ਹੋ ਕੇ ਹੁੱਲੜਬਾਜ਼ੀ ਕਰੋਗੇ ਤਾਂ ਤੁਹਾਡੇ ਖਿਲਾਫ਼
ਸਖ਼ਤ ਕਾਰਵਾਈ ਜਿਹੜੀ ਹੁਣ ਉਹ ਕੀਤੀ ਜਾਵੇਗੀ। ਇਹ ਜਿਹੜੇ ਆਰਡਰ ਨੇ ਹੁਣ ਪੰਜਾਬ ਪੁਲਿਸ ਨੇ ਜਾਰੀ ਕਰ ਦਿੱਤੇ ਨੇ, ਜਿਸ ਨੂੰ ਵੇਖਦੇ ਹੋਏ ਹੁਣ ਕਿਹਾ ਜਾ ਰਿਹਾ ਹੈ ਕਿ ਕਾਫੀ ਜਿਹੜੇ ਰੋਡ ਐਕਸੀਡੈਂਟ ਹੁੰਦੇ ਨੇ ਉਸ ਦੇ ਉੱਪਰ ਵੀ ਹੁਣ ਥੋੜ੍ਹਾ ਧਿਆਨ ਦੇ ਰਹੀ ਹੈ ਪੰਜਾਬ ਸਰਕਾਰ। ਜਗ੍ਹਾ ਜਗ੍ਹਾ 'ਤੇ CCTV ਕੈਮਰੇ ਵੀ ਹੁਣ ਜਿਹੜੇ ਲਗਾਏ ਜਾ ਰਹੇ ਨੇ ਤਾਂ ਕਿ ਹਾਦਸੇ ਜਿਹੜੇ ਉਹ ਘੱਟ ਹੋ ਸਕਣ ਅਤੇ ਲੋਕ ਇਸ ਹਾਦਸੇ ਦਾ ਸ਼ਿਕਾਰ ਨਾ ਬਣ ਸਕਣ। ਜਿਸ ਨੂੰ ਵੇਖਦੇ ਹੋਏ ਹੁਣ ਇੱਕ ਪੰਜਾਬ ਪੁਲਿਸ ਵੱਲੋਂ ਹੁਣ ਜਾਰੀ ਕੀਤਾ ਗਿਆ ਹੈ ਕਿ ਕੋਈ ਵੀ ਸਨਰੂਫ ਦੀ ਗੱਡੀ ਆਪਣੀ ਸਨਰੂਫ ਦੀ ਗੱਡੀ ਦੇ ਉੱਪਰ ਖੜ੍ਹਾ ਨਹੀਂ ਹੋ ਸਕਦਾ ਹੈ। ਜਿਸ ਨੂੰ ਵੇਖਦੇ ਹੋਏ ਹੁਣ ਜਿਹੜਾ ਕੋਈ ਵੀ ਇਸ ਦਾ ਦੁਰਉਪਯੋਗ ਕਰੇਗਾ ਜਾਂ ਫਿਰ ਇਸ ਦੇ ਖਿਲਾਫ ਕੁਝ ਵੀ ਕਰੇਗਾ ਤਾਂ ਉਸਦੇ ਉੱਪਰ ਸਖ਼ਤ ਤੋਂ ਸਖ਼ਤ ਕਾਰਵਾਈ ਜਿਹੜੀ ਹੁਣ ਉਹ ਪੰਜਾਬ ਪੁਲਿਸ ਦੇ ਵੱਲੋਂ ਕੀਤੀ ਜਾਵੇਗੀ।